ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲ ਆਫ ਪਾਕਿਸਤਾਨ, ਹੈਰੀਟੇਜ ਆਫ ਪਾਕਿਸਤਾਨ ਔਰ ਪੰਜਾਬ ਪੇਜ ਦੇ ਨਾਲ। ਮੈਂ ਤੁਹਾਨੂੰ ਅੱਜ ਜਿੱਥੇ ਬਾਬਾ ਜੀ ਖਲੋਤੇ ਨੇ, ਇਹਨਾਂ ਦੀ ਤਕਰੀਬਨ 84 ਸਾਲ ਉਮਰ ਹੈ ਔਰ ਇਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਦੇਖਿਆ ਜਿੱਥੇ ਇੱਥੇ ਖਲੋਤੇ ਨੇ। ਇੱਥੇ ਗੁਰਦੁਆਰਾ ਸੀ ਬਾਬਾ ਜੀ, ਇੱਥੇ ਤੁਸੀਂ ਮੈਨੂੰ ਦੱਸੋ ਕਿ ਵੀ ਇੱਥੇ ਕਿੰਨੇ ਕਮਰੇ ਸੀ ਜਿਹੜੇ ਸੀ ਇਹਦੇ ਗੁਰਦੁਆਰਾ? ਇੱਕ ਬੜਾ ਹਾਲ ਸਾ, ਠੀਕ ਹੋ ਗਿਆ। ਇੱਥੇ ਸਿੱਖ ਦੌਰ ਦਾ ਗੁਰਦੁਆਰਾ ਸੀ, ਗੁਰਦੁਆਰਾ ਸ੍ਰੀ ਤਖਤ ਪੜ੍ਹੀ। ਇੱਥੇ ਜਿਹੜਾ ਗੁਰਦੁਆਰਾ ਸੀ ਉਹਦਾ ਨਾਮ ਸੀ ਔਰ ਐਜ਼ ਏ ਧਰਮਸ਼ਾਲਾ ਵੀ ਯੂਜ਼ ਹੁੰਦਾ ਸੀ ਔਰ ਗੁਰਦੁਆਰਾ ਵੀ ਯੂਜ਼ ਹੁੰਦਾ ਸੀ। ਅੱਗੇ ਬਾਬਾ ਜੀ ਆਓ ਸਾਨੂੰ ਤੁਸੀਂ ਦਿਖਾਓ ਨਾ, ਇਹਦੇ ਨਾਲ ਜਿਹੜਾ ਬਾਗ ਹੁੰਦਾ ਸੀ ਗੁਰਦੁਆਰੇ ਦੇ ਨਾਲ, ਇਹ ਜਿਹੜਾ ਸਬਜ਼ ਖੇਤ ਨਜ਼ਰ ਆ ਰਿਹਾ ਹੈ ਜਿਹਦੇ ਵਿੱਚ ਕਣਕ ਬੀਜੀ ਹੋਈ ਹੈ ਇਸ ਵੇਲੇ, ਇਸ ਜਗ੍ਹਾ ਦੇ ਉੱਤੇ ਗੁਰਦੁਆਰੇ ਦਾ ਬਾਗ ਹੁੰਦਾ ਸੀ। ਪਾਕਿਸਤਾਨ 'ਚ ਜਿਵੇਂ ਸਾਡੇ ਵਾਲੇ ਪਾਸੇ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਗੁਰਦੁਆਰੇ ਐਸੇ ਨੇ ਕਿ ਜਿਨ੍ਹਾਂ ਦੇ ਨਾਲ ਨਾਲ ਅੱਜ ਵੀ ਬਹੁਤ ਵੱਡੇ ਵੱਡੇ ਬਾਗ ਨੇ, ਜਿਸ ਤਰ੍ਹਾਂ ਦਰਬਾਰ ਸਾਹਿਬ ਕਰਤਾਰਪੁਰ ਹੈ, ਗੁਰਦੁਆਰਾ ਰੋੜੀ ਸਾਹਿਬ ਹੈ, ਉਹਦੇ ਨਾਲ ਬਹੁਤ ਬੜੇ ਨੇ। ਇਹ ਦੇਖੋ ਹਲੇ ਵੀ ਉਹ ਜਗ੍ਹਾ ਜਿਹੜੀ ਹੈ ਸਾਰੀ ਦੀ ਸਾਰੀ ਖਾਲੀ ਪਈ ਹੈ। ਇਹ ਮੈਂ ਤੁਹਾਨੂੰ ਅੱਗੇ ਥੋੜ੍ਹੀ ਦੇਰ ਪਹਿਲੇ ਲੈ ਕੇ ਗਿਆ ਸੀ ਪਾਰ, ਇਸ ਜਗ੍ਹਾ ਦੇ ਉੱਤੇ ਪਾਰ ਦੇ ਉੱਤੇ ਦੇਖੋ ਜੀ, ਉੱਥੇ ਜਿਹੜੀ ਸਿੱਖ ਸਾਧੂ ਜਿਹੜੇ ਸਨ ਉਹ ਪੜੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਗੁਫਾ ਨੇ ਇਹਨਾਂ ਦੇ ਅੰਦਰ ਉਹ ਰਹਿੰਦੇ ਸਨ, ਠੀਕ ਹੈ ਜੀ। ਉਹ ਸ਼ਹਿਰ ਵੱਲ ਨਹੀਂ ਸੀ ਆਉਂਦੇ, ਲੋਕ ਉੱਥੇ ਜਾਂਦੇ ਸਨ, ਉਹ ਕਿਸੇ ਕੋਲ ਨਹੀਂ ਸੀ ਆ ਕੇ ਮਿਲਦੇ ਸਨ। ਅੱਛਾ ਜੀ, ਤੁਸੀਂ ਦੱਸ ਰਹੇ ਸੀ ਕਿ ਇੱਥੇ ਇੱਕ ਸਿੱਖ ਦੌਰ ਦੇ ਚਵੇ ਸਨ, ਠੀਕ ਹੈ ਜੀ। ਇਹ ਜੀ ਇੱਥੇ ਦੱਸ ਰਹੇ ਨੇ ਕਿ ਸਿੱਖ ਦੌਰ ਦੇ ਇੱਥੇ ਜਿਹੜੇ ਚਵੇ ਸਨ, ਸਿੱਖਾਂ ਦੇ ਹੱਥਾਂ ਦੇ ਬਣੇ ਹੋਏ ਪਾਣੀ ਦੇ ਚਵੇ ਸਨ। ਮੈਂ ਚਵਿਆਂ ਦਾ ਪਹਿਲੇ ਵੀ ਜ਼ਿਕਰ ਕਰ ਚੁੱਕਿਆ, ਇੱਥੇ ਜਿਹੜੇ ਪਾਣੀ ਸਪਰਿੰਗ ਵਾਟਰ ਜਿਹੜੇ ਚਸ਼ਮੇ ਨਿਕਲਦੇ ਸਨ ਉਹਨਾਂ ਨੂੰ ਚਵਾ ਕਿਹਾ ਜਾਂਦਾ ਸੀ। ਜਿਸ ਤਰ੍ਹਾਂ ਪਹਿਲੇ ਮੈਂ ਚਵਾ ਬਾਬਾ ਗੁਰੂ ਨਾਨਕ ਦਿਖਾਇਆ, ਚਵਾ ਜਿਹੜਾ ਖਾਲਸਾ ਦਿਖਾਇਆ ਔਰ ਥਵਾ ਖਾਲਸਾ ਦਿਖਾਇਆ, ਅਤੇ ਹੁਣ ਇਹ ਦੇਖੋ ਇੱਥੇ ਦੱਸ ਰਹੇ ਨੇ ਕਿ ਦੋ ਜਿਹੜੇ ਨੇ ਚਵੇ ਜਿਹੜੇ ਨੇ ਉਹ ਸਿੱਖ ਰਾਜ ਦੇ ਨਾਲ ਜਿਹੜੇ ਨੇ ਮੁਨਸਲਿਕ ਨੇ ਨਾ, ਜਾਂ ਸਿੱਖ ਦੌਰ ਨਾਲ ਜਾਂ ਸਿੱਖ ਹਿਸਟਰੀ ਦੇ ਨਾਲ ਨੇ। ਅੱਜ ਮੇਰੇ ਨਾਲ ਇਸ ਸਫ਼ਰ ਦੇ ਉੱਤੇ ਆਏ ਨੇ ਮਿਰਜ਼ਾ ਸਾਹਿਬ, ਆਪਣੇ ਪਿਆਰਾ ਨਨਕਾਣਾ ਸਾਹਿਬ ਦੇ ਐਡਮਿਨ ਵੀ ਨੇ ਮੇਰੇ ਨਾਲ ਔਰ ਹਿਸਟੋਰੀਕਲ ਰਿਸਰਚਰ ਵੀ ਨੇ। ਅਸਾਂ ਅੱਜ ਰਲ ਕੇ ਬੜੀਆਂ ਚੀਜ਼ਾਂ ਲੱਭੀਆਂ ਨੇ। ਤਖਤ ਪੜ੍ਹੀ ਇਹਨਾਂ ਦੇ ਬਹੁਤ ਸ਼ੌਕ ਸੀ ਕਿ ਤਖਤ ਪੜ੍ਹੀ ਦੇਖਣਾ, ਤਖਤ ਪੜ੍ਹੀ ਦੇਖਣਾ, ਅਤੇ ਅਸੀਂ ਇਹਨਾਂ ਨੂੰ ਅੱਜ ਨਾਲ ਲੈ ਕੇ ਆਏ ਹਾਂ, ਠੀਕ ਹੈ ਜੀ। ਮਿਰਜ਼ਾ ਸਾਹਿਬ ਥੱਲੋਂ ਜਿਹੜਾ ਚਵਾ ਦੇਖ ਕੇ ਆਏ ਨੇ, ਚਵਾ ਖਾਲਸਾ ਜਾਂ ਖਾਲਸ ਚਵਾ ਜਿਹੜਾ ਉਹ ਥੱਲੇ ਇਹਦੇ 'ਤੇ ਬਣਾਇਆ ਗਿਆ। ਬਾਬਾ ਜੀ ਕੋਈ ਯਾਦ ਸੁਣਾਓ ਇਹਦੇ ਮੁਤਲਕ ਤੁਸੀਂ ਆਪਣੀ। ਇਸ ਲਈ ਯਾਦ ਹੀ ਹੈ ਭਾਈ, ਇਹ ਬਾਗ ਤੱਕਿਆ ਸਾ ਅਤੇ ਚੋਏ ਤੱਕਣੇ ਨਹਾਉਣੇ ਧੋਣੇ ਰਹੇ। ਅੱਛਾ, ਇਹ ਚਵੇ ਜਿਹੜੇ ਸੀ ਉਹ ਨਹਾਉਣੇ ਵਾਸਤੇ ਇਸਤੇਮਾਲ ਹੁੰਦੇ ਸੀ ਜੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਹੈਰੀਟੇਜ ਆਫ ਪਾਕਿਸਤਾਨ, ਸੇਫ ਗੁਰਦੁਆਰਾਸ ਐਂਡ ਟੈਂਪਲਸ ਆਫ ਦੀ ਪਾਕਿਸਤਾਨ, ਸਿੱਖ ਰਾਜ ਦੇ ਫੁੱਟਸਟੈਪਸ ਨੂੰ ਮੈਂ ਖੋਜਦੇ ਖੋਜਦੇ ਅੱਜ ਮੈਂ ਜਿਹੜਾ ਵਾਂ ਪਹੁੰਚਿਆ ਵਾਂ। ਅਗਰ ਦੇਖਿਆ ਜਾਏ ਤਾਂ ਸਾਗਰੀ ਸ਼ਹਿਰ ਤੋਂ ਤਕਰੀਬਨ ਹੈ ਕੋਈ 8 ਇੱਕ ਕਿਲੋਮੀਟਰ ਹੈ ਜਾਂ 10 ਕਿਲੋਮੀਟਰ ਹੈ, ਔਰ ਰਵਾਤ ਸ਼ਹਿਰ ਜਿਹੜਾ ਕਿ ਗੜ ਰਿਹਾ ਹੈ, ਪਹਿਲੇ ਤਾਂ ਗੱਖਣਾਂ ਦਾ ਰਿਹਾ, ਫਿਰ ਉਸ ਤੋਂ ਬਾਅਦ ਮੁਗਲਾਂ ਦਾ ਰਿਹਾ, ਮੁਗਲਾਂ ਤੋਂ ਬਾਅਦ ਜਿਹੜਾ ਇਹ ਮਰਕਜ਼ ਰਿਹਾ ਹੈ ਇਹਦਾ ਸਿੱਖ ਰਾਜ ਦਾ, ਸਿੱਖ ਰਾਜ ਤੋਂ ਬਾਅਦ ਬ੍ਰਿਟਿਸ਼ ਰਾਜ ਇੱਥੇ ਆਇਆ। ਇਹ ਉਹ ਜਗ੍ਹਾ ਹੈ, ਇਹ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਕਿ ਗੁਰੂ ਘਰ ਹੁੰਦਾ ਸੀ। ਇਹ ਬਾਬਾ ਜੀ ਨੇ ਦੱਸਿਆ ਹੈ ਕਿ ਇਹਨਾਂ ਦੇ ਦੋਸਤ ਜਿਹੜੇ ਸਰਦਾਰ ਅਰਜਨ ਸਿੰਘ ਜਿਹੜੇ ਸਨ ਉਹ ਉਹਨਾਂ ਦੇ ਨਾਲ ਇੱਥੇ ਗੁਰਦੁਆਰਾ ਆਉਂਦੇ ਸਨ ਔਰ ਇੱਥੇ ਆ ਕੇ ਜਿਹੜਾ ਸੀ ਉਹ ਕੜਾਹ ਪ੍ਰਸ਼ਾਦ ਵੀ ਖਾਂਦੇ ਸਨ। ਇਹ ਥੱਲੇ ਜਿਹੜਾ ਸੀ ਸਾਰਾ ਗੁਰਦੁਆਰੇ ਦੇ ਨਾਲ ਜਿਹੜਾ ਸੀ ਬਾਗ ਸੀ। ਜਾਣ ਵਾਲੇ ਚਲੇ ਗਏ, ਰਹਿ ਗਈਆਂ ਯਾਦਾਂ ਅਤੇ ਯਾਦਗਾਰਾਂ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਇਹ ਅੱਖੀਆਂ ਅੱਜ ਵੀ ਇੰਤਜ਼ਾਰ ਕਰਦੀਆਂ ਹੋਈਆਂ ਅੱਖੀਆਂ ਆਪਣੇ ਯਾਰ ਸਰਦਾਰ ਅਰਜਨ ਸਿੰਘ ਦਾ ਨਾਮ ਆਉਂਦਿਆਂ ਦੇਖੋ ਤੁਸੀਂ, ਇਹ ਅੱਖ ਅੱਜ ਵੀ ਨਮ ਹੈ। ਅਗਰ ਅੱਜ ਵੀ ਕੋਈ ਬੰਦਾ ਉੱਥੇ ਦਾ ਬਾਕੀ ਹੈ, ਠੀਕ ਹੈ ਜੀ, ਅਤੇ ਉਹ ਜ਼ਰੂਰ ਇਹ ਬਟੇਰੇ ਨੂੰ ਦੇਖ ਲਵੋ। ਇਹ ਬਟੇਰਾ ਵੀ ਇਹਨਾਂ ਦਾ ਇੱਕ ਸ਼ੌਕ ਹੈ, ਇਹ ਉਹ ਬਟੇਰੇ ਨੂੰ ਸ਼ਾਇਦ ਦੇਖਣ 'ਤੇ ਉਹਨਾਂ ਨੂੰ ਯਾਦ ਆ ਜਾਏ ਜੇ ਸਰਦਾਰ ਅਰਜਨ ਸਿੰਘ ਜੀ ਜ਼ਿੰਦਾ ਨੇ, ਮੇਰੀ ਗੱਲ ਸੁਣ ਰਹੇ ਨੇ, ਅਤੇ ਉਹ ਜ਼ਰੂਰ ਇਹਨਾਂ ਨਾਲ ਰਾਬਤਾ ਕਰਨ। ਇਸ ਵੇਲੇ ਪਿੰਡ ਦੇ ਨੰਬਰਦਾਰ ਵੀ ਨੇ, ਇਹਨਾਂ ਦੇ ਵਾਲਦ ਸਾਹਿਬ ਵੀ ਨੰਬਰਦਾਰ ਸਨ, ਹਾਜੀ ਨਸੀਰ ਸਾਹਿਬ। ਅਗਰ ਇਹਨਾਂ ਦਾ ਦੋਸਤ ਜ਼ਿੰਦਾ ਹੈ, ਹਾਜੀ ਨਸੀਰ ਵਲ ਮੁਹੰਮਦ ਸ਼ਫੀ, ਠੀਕ ਹੈ ਜੀ, ਮੱਲਾ ਚੌਧਰੀਆਂ, ਪਿੰਡ ਤੱਕ ਪੜ੍ਹੀ, ਕੋਈ ਅਗਰ ਕੋਈ ਵੀ ਦੋਸਤ ਅਹਿਬਾਬ ਇਹਨਾਂ ਨੂੰ ਮਿਲਣਾ ਚਾਹੇ ਤਾਂ ਆ ਸਕਦਾ। ਮੈਂ ਤੁਹਾਡਾ ਹੋਸਟ ਬਾਬਾ ਜੀ, ਸਿਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ।
ਔਨ ਵੈਰੀ ਸੂਨ ਆਕਿਫ 947.